ਜੀਪੀ ਦੇ ਵਿੱਚ ਇੱਕ ਵੱਡਾ ਜਥਾਜ ਸ਼ਾਮਲ ਹੋਇਆ ਕਾਂਗਰਸ ਅਕਾਲੀ ਦਲ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਪਹੁੰਚਿਆ ਰਵਿਕਰਨ ਕਾਲੋਂਸੀ ਉਹ ਵੀ ਅਕਾਲੀ ਦਲ ਤੋਂ ਬਾਅਦ ਹੁਣ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਨੇ ਔਰ ਦੂਸਰੇ ਪਾਸੇ ਲੁਧਿਆਣੇ ਤੋਂ ਇੱਕ ਯੂਥ ਨੇ ਥਾਉਰਨਾਲ ਦੀ ਨਾਲ ਕੈਪਟਨ ਦੇ ਓਐਸਡੀ ਔਰ ਹੋਰ ਕਈ ਅ ਪਦਵੀਆਂ ਦੇ ਉੱਤੇ ਰੇ ਨੁਮਾਇੰਦਗੀ ਵੀ ਕੀਤੀ ਤਾਂ ਜੋ ਬੀਜੇਪੀ ਤੇ ਸ਼ਾਮਲ ਹੋਏ ਨੇ ਕਰਨ ਵੜਿੰਗ ਤਾਂ ਗੱਲਬਾਤ ਕਰਦੇ ਕਰਨ ਜੀ ਕੀ ਮੁਦੇ ਰਹੇ ਨੇ ਪਹਿਲੀ ਪਾਰਟੀ ਦੇ ਨਾਲ ਕੀ ਜਿਹਾ ਕਹ ਲਈ ਬੇਪਰੋਸ ਕੀ ਸੀ ਜਾਂ ਕੀ ਖਫਾਈ ਸੀ ਐਸੀ ਵੀ ਐਚ ਬੀ ਜੀ ਪੀ ਦੇ ਵਿੱਚ ਸ਼ਾਮਲ ਹੋਇਆ ਬਈ ਜੀ ਦੇਖੋ ਆਮ ਆ ਪ੍ਰੋਡਕਟ ਆਫ ਸਟੂਡੈਂਟ ਪੋਲਿਟਿਕਸ ਤੇ ਡਿਸਪਲਿਨ ਜਿਹੜਾ ਕਿਸੇ ਵੀ ਚੀਜ਼ ਦਾ ਧੁਰਾ ਹੁੰਦਾ ਪਾਰਟੀ ਜਿੰਦ ਡਿਸਪਲਿਨ ਇੰਨਾ ਸੀ ਕਿ ਉਹ ਇੱਕ ਦੂਜੇ ਦੀ ਮੰਜੀ ਠੋਕਣ ਜੀ ਇੰਨੇ ਬਿਜ਼ੀ ਸੀ ਕਿ ਵੀ ਪਾਰਟੀ ਪ੍ਰਤੀ ਤਾਂ ਕਿਸੇ ਦਾ ਧਿਆਨ ਹੀ ਨਹੀਂ ਸੀ ਐਂਡ ਇੱਕ ਪਾਰਟੀ ਚ ਡਰ ਤੇ ਖੌਫ ਹੈ ਕਿ ਮੋਦੀ ਸਾਹਿਬ ਨੇ ਤਾਂ ਆ ਹੀ ਜਾਣਾ ਤੇ ਜਿਵੇਂ ਸਾਡੇ ਲੁਧਿਆਣੇ ਦੀ ਗੱਲ ਕਰ ਲੋ ਤਾਂ ਬਿੱਟੂ ਜੀ ਵੀ ਕਾਂਗਰਸ ਚੋਂ ਗਏ ਐ ਤਾਂ ਸਾਡੀ ਉਥੋਂ ਦੀ ਕਾਂਗਰਸ ਲੀਡਰਸ਼ਿਪ ਦੇ ਮਨ 'ਚ ਇੱਕ ਡਰ ਤੇ ਖੌਫ ਇੰਨਾ ਹੈ ਕਿ ਉਹ ਸਵੇਰੇ ਤਾਂ ਕਾਂਗਰਸ ਦੀ ਕੈਂਪੇਨਿੰਗ ਕਰਦੇ ਐ ਤੇ ਸ਼ਾਮ ਨੂੰ ਆ ਕੇ ਬਿੱਟੂ ਜੀ ਦੇ ਗੋਡੇ ਨੱਪ ਲਿੰਦੇ ਐ ਇਹ ਐਥਿਕਸ ਸਾਡੇ 'ਚ ਹੈ ਨਹੀਂ ਇਹ ਇਸਾਨ ਨੂੰ ਸਾਡੇ 'ਚ ਐਥਿਕਸ ਹੈ ਜੀ ਇਹ ਮਾੜੀ ਮਾੜੇ ਕੰਮ ਸਾਡੇ ਤੋਂ ਨਹੀਂ ਹੁੰਦੇ ਫਿਰ ਜਿਨ੍ਹਾਂ ਦੀ ਇਹ ਲੁਕਸ਼ਿਅਪ ਕੇ ਮਦਦ ਕਰਦੇ ਆ ਫਿਰ ਅਸੀਂ ਉਹਨਾਂ ਦੀ ਸ਼ਰਮ ਕਿਉਂ ਨਾ ਕਰੀਏ ਬੇਸਿਕਲੀ ਬੀਜੇਪੀ ਇਸ ਪਾਰਟੀ ਆਫ ਡਿਸਿਪਲਨ ਤੇ ਇਥੇ ਇਹ ਹੈ ਕਿ ਇਥੇ ਗਰੋਥ ਹੈ ਜਿਹੜਾ ਮਿਹਨਤ ਕਰੂਗਾ ਉੱਥੇ ਮਿਹਨਤ ਦੀ ਲੋੜ ਨਹੀਂ ਉੱਥੇ ਤਾਂ ਤੁਹਾਡੇ ਕੋਲੇ ਪੈਸਾ ਹੋਣਾ ਜ਼ਰੂਰੀ ਹੈ ਤੇ ਤੁਹਾਡੇ ਕੋਲੇ 5 ਸਟਾਰ ਹੋਟਲ ਤੇ ਹੋਣਾ ਜ਼ਰੂਰੀ ਹੈ ਜਿੱਥੇ ਆ ਕੇ ਲੀਡਰਾਂ ਨੇ ਰਹਿਣਾ ਤੁਹਾਡੀ ਮਿਹਨਤ ਨੂੰ ਉਹ ਨਜ਼ਰਦਾ ਅਪਰੀਸ਼ੀਏਟ ਕਰਨਗੇ ਜਿੰਨਾ ਚਿਰ ਲੋੜ ਹੈ ਪਰ ਉਸ ਤੋਂ ਬਾਅਦ ਤੁਹਾਡੀ ਕਿਸੇ ਨੇ ਬਾਤ ਵੀ ਨਹੀਂ ਪੁੱਛਣੀ ਕਿ ਤੇ ਇਹ ਚੀਜ਼ ਬੜੇ ਬੰਦਿਆ ਨਾ ਹੋ ਚੁੱਕੇ ਜਿਹੜੇ ਨਾਨ ਪੋਲੀਟਿਕਲ ਫੈਮਲੀਆਂ ਦੇ ਹੈਗੇ ਆ ਜੋ ਮਨ ਦਲਬੀਰ ਗੋਲਡੀ ਸੀ ਤੇ ਦੂਜਾ ਇਹ ਹੈ ਜੀ ਵੀ ਇੱਕ ਲੀਡਰ ਜਿੱਥੋਂ ਦਾ ਹੈ ਹੀ ਨਹੀਂ ਤੁਸੀਂ ਉੱਥੇ ਉਹਨੂੰ ਲਿਆ ਕੇ ਸਾਡੇ ਤੇ ਬਿਠਾਤਾ ਇਹ ਸਾਡੇ ਨਾਲ ਤੇ ਦੂਜੀ ਵਾਰੀ ਹੋਇਆ ਜੀ ਪਹਿਲਾਂ ਬਾਈ ਇਲੈਕਸ਼ਨ ਚ ਸਾਡੇ ਉੱਤੇ ਸੰਦੀਪ ਸੰਧੂ ਜੀ ਨੂੰ ਬਿਠਾਤਾ ਉਹ ਬੁਰੀ ਤਰ੍ਹਾਂ ਹਾਰ ਗਏ ਬਾਈ ਇਲੈਕਸ਼ਨ ਹਾਰਨਾ ਬਹੁਤ ਵੱਡੀ ਗੱਲ ਆ ਫੇਰ ਉਹ 2022 ਦੇ ਐਮਐਲਿ ਇਲੈਕਸ਼ਨਸ ਉਹ ਹਾਰ ਗਈ ਹੁਣ ਐਮਪੀ ਕੈਂਡੀਡੇਟ ਸਾਡੀ ਉਤੋਂ ਦੀ ਬਿਠਾਦਾ ਦੇਖੋ ਜੀ ਕੋਈ ਅਸੀਂ ਕਟ ਪੁਤਲੀਆਂ ਦਾ ਹੈ ਨਹੀਂ ਐਂਡ ਜਿਹੜਾ ਬੰਦਾ ਦੋ ਵਾਰੀ ਹਾਰਿਆ ਉਹਨੂੰ ਤੁਸੀਂ ਜਨਰਲ ਸੈਕਟਰੀ ਇਨਚਾਰਜ ਲਾਇਆ ਹੋਇਆ ਜਿਹੜਾ ਆਪ ਦਾ ਹਲਕਾ ਨਹੀਂ ਸੰਭਾਲ ਸਕਦਾ ਉਹ ਤੁਹਾਡਾ ਕੀ ਤੁਹਾਡੀ ਪਾਰਟੀ ਕੀ ਸੰਭੂਗਾ ਸੋ ਇਹ ਇਥੇ ਚਾਪ ਲੂਸੀ ਬੂਟ ਲੇ ਕੇ ਤੇ ਮੈਨਿਪੂਲੇਸ਼ਨ ਚੱਲਦੀ ਹੈ ਮਿਹਨਤ ਤੇ ਕੋਈ ਵੀ ਜਗ੍ਹਾ ਹੈ ਨਹੀਂ ਸੋ ਇਸ ਕਰਕੇ ਆ ਵੀ ਮਨ ਇਸ ਕਰਕੇ ਦੁਖਿਆ ਪਾਰਟੀ ਕੋਈ ਮਾੜੀ ਨਹੀਂ ਹੁੰਦੀ ਕਿ ਪਰ ਪਾਰਟੀ 'ਚ ਰਹਿਣ ਵਾਲੇ ਲੋਕ ਜਦੋਂ ਇਸ ਲੈਵਲ ਤੇ ਆ ਜਾਣ ਤਾਂ ਫੇਰ ਇਹ ਵੀ ਫਿਰ ਮਨ ਦੁਖਦਾ ਹੈ ਜਿਸ ਤਰੀਕੇ ਦੇ ਹਾਲਾਤ ਬਣੇ ਨੇ ਅਮਰਿੰਦਰ ਸਿੰਘ ਰਾਜਾਵੜਿੰਗ ਜੋ ਕਾਂਗਰਸ ਦੇ ਪ੍ਰਧਾਨ ਨੇ ਮੌਜੂਦਾ ਉਹਨਾਂ ਨੂੰ ਲੁਧਿਆਣੇ ਦੇ ਮੈਦਾਨ 'ਚ ਉਤਾਰਿਆ ਲਗਾਤਾਰ ਲੋਕਾਂ ਨੂੰ ਵੀ ਮਿਲਦੇ ਜੁਲਦੇ ਨੇ ਪਾਰਟੀ ਦੇ ਸਪੰਦੀ ਪ੍ਰਚਾਰ ਵੀ ਕਰਦੇ ਨੇ ਕਈ ਹੋਰ ਵੀ ਗੱਲਾਂ ਬਾਤਾਂ ਨਿਕਲ ਕੇ ਆਉਂਦੀਆਂ ਤਾਂ ਕੀ ਲੱਗਦਾ ਉੱਥੇ ਜਿਵੇਂ ਅੱਜ ਤੁਸੀਂ ਬੀਜੇਪੀ ਦੇ ਵਿੱਚ ਦਾਖਲ ਹੋ ਗਏ ਹੁਣ ਸ਼ਾਮਲ ਹੋ ਗਏ ਹੋ ਤਾਂ ਕੀ ਮੁੱਦੇ ਘਰੇ ਅਸਲ 'ਚ ਕਿਉਂਕਿ ਰਾਜਾ ਵੜਿੰਗ ਵੀ ਕਹਿੰਦੇ ਸੀ ਵੀ ਅਸੀਂ ਕਾਂਗਰਸ ਹੋਰ ਵੱਡੀ ਕਰਨਾ ਕਾਂਗਰਸ ਦਾ ਪਰਿਵਾਰ ਵੱਡਾ ਕਰਨਾ ਡਿਸਪਲਿਨ ਉਹਨਾਂ ਕੋ ਹੋਇਆ ਨਹੀਂ ਜਿਹਦੇ ਕਰਕੇ ਜਿਹੜੇ ਨੇਤਾ ਨੇ ਜਾਂ ਯੂਥ ਨੇਤਾ ਨੇ ਉਹ ਛੱਡ ਕੇ ਦੂਜੀਆਂ ਪਾਰਟੀਆਂ ਜਾ ਰਹੇ ਬਈ ਜੀ 40 ਵੱਡੇ ਲੀਡਰ ਹੁਣ ਤਾਂ ਛੱਡ ਕੇ ਜਾ ਚੁੱਕੇ ਐ ਤਾਂ ਤੁਸੀਂ ਇਹ ਦੇਖੋ ਵੀ ਕਿਤੇ ਨਾ ਕਿਤੇ ਤਾਂ ਕੋਈ ਗਲਤੀ ਹੈਗੀ ਹੈ ਨਾ ਤੇ ਜੇ ਆਪਦੀਆਂ ਗਲਤੀਆਂ ਸੁਧਾਰਨ ਦੀ ਥਾਂ ਤੇ ਆਪਾਂ ਹੋਰ ਗਲਤੀਆਂ ਕਰਾਂਗੇ ਤਾਂ ਫਿਰ ਇਹ ਵੀ ਫਿਰ ਅਸੀਂ ਤਾਂ ਹਜੇ 40 ਸਾਲ ਹੋਰ ਪੋਲਿਟਿਕਸ ਕਰਨੀਆਂ ਤਾਂ ਫਿਰ ਸਾਡੇ ਵਰਗੇ ਬੰਦਿਆਂ ਨੇ ਤਾਂ ਪੈਰ ਪਿੱਛੇ ਹੀ ɓਟਨੇ ਆ ਬਿਕਾਜ਼ ਅੱਜ ਦੇ ਟਾਈਮ 'ਚ ਕਾਂਗਰਸ ਪਾਰਟੀ ਕੋਲੇ ਕੋਈ ਮੁੱਦਾ ਹੀ ਹੈ ਨਹੀਂ ਕੋਈ ਲੀਡਰਸ਼ਿਪ ਵੀ ਹੈ ਨਹੀਂ ਪਾਰਟੀ ਨੂੰ ਮਜ਼ਬੂਤ ਕਰਨ ਬਾਰੇ ਕੋਈ ਨਹੀਂ ਸੋਚਦਾਗਾ ਮੁੱਖ ਮੰਤਰੀ ਬਾਨ ਬਾਰੇ ਸਾਰੀ ਸੂਚੀ ਜਾਂਦੇ ਤੇ ਉਹ ਮੁੱਖ ਮੰਤਰੀ ਬਾਨਾ ਕਿਵੇਂ ਇੱਕ ਦੂਜੇ ਦੀ ਮੰਜੀ ਠੋਕੀ ਜਾਂਦਾ ਦੂਜਾ ਤੀਜੇ ਦੀ ਠੋਕੀ ਜਾਂਦਾ ਤੇ ਆਹੀ ਮੰਜੀਆਂ ਠੋਕ ਠੋਕ ਆ ਵੀ ਹਾਰ ਜੇ ਆ ਵੀ ਹਾਰ ਜੇ ਆ ਵੀ ਹਾਰ ਜੇ ਤੇ ਉਹਦੇ ਫਿਰ ਜੋ ਪਾਰਟੀ ਦਾ ਨੁਕਸਾਨ ਹੀ ਹੋ ਗਿਆ ਤੇ ਅਸੀਂ ਐਵੋਜੀ ਪਾਰਟੀ ਚ ਕਿਉਂ ਰਹੀਏ ਜੀ ਕਾਂਗਰਸ ਪਾਰਟੀ ਨੂੰ ਵਿਧਾਇਕ ਕਹਿ ਕੇ ਆਏ ਹਾਂ ਉਹ ਕਾਂਗਰਸ ਦੇ ਵਿੱਚ ਕਿੰਨਾ ਕੁ ਯਕੈਲੀ ਆਮ ਆਦਮੀ ਪਾਰਟੀ ਨਾਲ ਘੱਟ ਜੋੜ ਸੰਬੰਧਿਤ ਕੀ ਅੰਦਰੂਨੀ ਗੱਲਬਾਤ ਕੀਤੀ ਹੈ ਜੇ ਤੁਸੀਂ ਬਾਹਰ ਲਿਆਉਣਾ ਚਾਹੁੰਦੇ ਹੋ ਕਿਉਂਕਿ ਪੰਜਾਬ ਤੋਂ ਬਾਹਰ ਦੀ ਜੇਕਰ ਗੱਲ ਕਰੀ ਤਾਂ ਇੰਡੀਆ ਆਲਾਈანს ਹੈ ਪੰਜਾਬ ਦੇ ਵਿੱਚ ਕਹਿੰਦੇ ਸਾਡਾ ਆਲਾਈანს ਨਹੀਂ ਪਰ ਵਿਰੋਧੀ ਧਿਰ ਵੀ ਨਹੀਂ ਰਹਿ ਗਈ ਹੁਣ ਕਾਂਗਰਸ ਜਿਹੜੀ ਆਮ ਆਦਮੀ ਪਾਰਟੀ ਦੀ ਮੌਜੂਦਾ ਸਰਕਾਰ ਦੀ ਤਾਂ ਕੀ ਅੰਦਰਲੀਆਂ ਗੱਲਾਂ ਕੀ ਨਿਕਲ ਕੇ ਆਉਂਦੀਆਂ ਨੇ ਕਿਉਂਕਿ ਤੁਸੀਂ ਕਾਫੀ ਲੰਮਾ ਸਮਾਂ ਪਾਰਟੀ ਦੇ ਵਿੱਚ ਰਹੇ ਵੀ ਹੋ ਇਹ ਨਾ ਜੀ ਅਨਹੋਲੀ ਆਲਾਈანს ਇੱਕ ਪਾਸੇ ਤਾਂ ਆਪਾਂ ਆਲਾਈანს ਕਰਦੇ ਆਂ ਦੂਜੇ ਪਾਸੇ ਆਪਾਂ ਉਹਨਾਂ ਦੀ ਆਪਾਂ ਉਲਟ ਬੋਲਦੇ ਆਂ ਤਾਂ ਲੋਕ ਕੰਬਲੇ ਤਾਂ ਹੈ ਨਹੀਂ ਜੀ ਸੋ ਸਾਡਾ ਇਹ ਸੀਗਾ ਕਿ ਜੇ ਤੁਸੀਂ ਪਾਰਟੀ ਨੂੰ ਗਰੋ ਕਰਨਾ ਹੈ ਤਾਂ ਫਿਰ ਇਹ ਰਾਹੁਲ ਜੀ ਨੂੰ ਇਹ ਚਾਹੀਦਾ ਸੀਗਾ ਵੀ ਆਮ ਆਦਮੀ ਪਾਰਟੀ ਜਿਹੜੀ ਸਭ ਤੋਂ ਵੱਧ ਕਾਂਗਰਸ ਦੇ ਵਰਕਰਾਂ ਨੂੰ ਹੀ 당 ਕਰ ਰਹੀ ਸੀ ਤੇ ਕਾਂਗਰਸ ਮੇਨ ਆਪੋਜੀਸ਼ਨ ਸੀ ਉਹਦੇ ਉਲਟ ਸਟ੍ਰੈਟਜੀ ਬਣਾ ਕੇ ਤੁਸੀਂ ਅਗਲੀ ਸਟੇਟ 'ਚ ਉਹਦੇ ਨਾਲ ਹੱਥ ਨਾਲ ਹੱਥ ਜੋੜ ਕੇ ਨਹੀਂ ਖੜ੍ਹ ਸਕਦੇ ਲੋਕ ਬੇਵਕੂਫ ਨਹੀਂਗੇ ਸੋ ਇਸ ਕਰਕੇ ਹੈ ਜੀ ਵੀ ਅਨਹੋਲੀ ਅਲਾਈਅੰਸ ਲੋਕਾਂ ਨੇ ਇਹਨੂੰ ਨਕਾਰ ਦੇਣਾ ਤੁਸੀਂ ਵੀ ਜਦ ਵਿੱਚ ਸ਼ਾਮਲ ਹੋ ਗਏ ਹੋ ਰੋਡ ਮੈਪ ਕੀ ਰਹਿਣਾ ਅਗਲਾ ਕੋਈ ਬਲੂਪ੍ਰਿੰਟ ਤਿਆਰ ਕੀਤਾ ਵੀ ਕਿਵੇਂ ਲੋਕਾਂ ਦੇ ਵਿੱਚ ਵਿਚਰਨਾ ਹੈ ਕਿ ਅਗਲੀ ਪਲੈਨਿੰਗ ਕੀ ਹੈ ਸੱਚ ਜੇ ਗੱਲ ਕਰੀ ਅਸੀਂ ਇਹ ਇਹ ਮੇਰਾ ਇਹ ਮੰਨ ਹੈ ਜੀ ਵੀ ਇਹ ਸੋਚਿਆ ਸੀ ਜਦੋਂ ਕਾਂਗਰਸ ਜੁਆਇੰਟ ਕੀਤੀ ਸੀ ਵੀ ਮਿਹਨਤ ਕਰੋ ਤਾਂ ਸਕਾਈਜ਼ ਦਾ ਲਿਮਟ ਪਰ ਇੱਥੇ ਕਾਂਗਰਸ ਚਾਹੀ ਸੀ ਵੀ ਮਿਹਨਤ ਭਾਲੇ ਨਾ ਕਰੋ ਮੈਨਿਪੂਲੇਸ਼ਨ ਕਰੋ ਤਾਂ ਦੈਨ ਸਕਾਈਜ਼ ਦਾ ਲਿਮਟ ਇਥੇ ਬੀਜੇਪੀ ਚ ਡਿਸਪਲਿਨ ਹੈ ਤੇ ਜਿਹੜਾ ਬੰਦਾ ਜਿੰਨੀ ਮਿਹਨਤ ਕਰਦਾ ਉਹਨੂੰ ਉਸ ਹਿਸਾਬ ਨਾਲ ਮਾਨ ਸਤਕਾਰ ਮਿਲਦਾ ਬਿੱਟੂ ਜੀ ਮਾਨ ਨਾਲ ਮੈਨੂੰ ਪਾਰਟੀ ਚ ਲੈ ਕੇ ਆਏ ਆ ਜਾਖੜ ਸਾਹਿਬ ਦੀ ਪ੍ਰੇਰਣਾ ਸਦਕਾ ਮੈਂ ਆਇਆ ਤੇ ਬਿੱਟੂ ਜੀ ਨੂੰ ਪਰਮਾਤਮਾ ਸੁੱਖ ਰੱਖ ਕੇ ਜਿਤਾਵਾਂਗੇ ਵੀ ਤੇ ਖਾਸ ਕਰਕੇ ਦਾਕੇ ਹਲਕੇ ਚੋਂ ਜਿੱਥੇ ਬੀਜੇਪੀ ਕਿਉਂਕਿ ਅਕਾਲੀ ਦਲ ਬੀਜੇਪੀ ਦੇ ਅਲਾਈਅੰਸ ਕਰਕੇ ਉਥੇ ਬੀਜੇਪੀ ਉਨੀ ਗਰੋ ਨਹੀਂ ਕਰ ਸਕੀ ਉਥੇ ਬੀਜੇਪੀ ਪਾਰਟੀ ਨੂੰ ਬਹੁਤ ਵੱਡੇ ਲੈਵਲ ਤੇ ਲੈ ਕੇ ਜਾਵਾਂਗੇ ਤੇ ਜਦੋਂ ਬਿੱਤੂ ਜੀ ਦੀ ਜਿੱਤ ਹੀ ਇਟਸੈਲਫ ਉਹ ਚੀਜ਼ ਨੂੰ ਰਿਵੀਲ ਕਰੂਗੀ ਵੀ ਸਾਡਾ ਰੋਡ ਮੈਪ ਕੀ ਆਮ ਆਦਮੀ ਪਾਰਟੀ ਇਤਨੇ ਵੀ ਆਪਣਾ ਨਮਾਇੰਦਾ ਉਤਾਰਿਆ ਹੋਇਆ ਲੁਧਿਆਣੇ ਸਾਰੇ ਜ਼ਿਲ੍ਹਿਆਂ ਦੀ ਲੋਕ ਸਭਾ ਇਲੈਕਸ਼ਨਸ ਵਿੱਚ ਅਸ਼ੋਕ ਕੁਮਾਰ ਪ੍ਰਾਸਰ ਪੱਪੀ ਜਿਹੜਾ ਤੱਕੀ ਹਾਲਾਤ ਕੀ ਨੇ ਉੱਥੋਂ ਦੇ ਲੋਕਾਂ ਦੇ ਵਿੱਚ ਕਿਹੜੇ ਮੁੱਦੇ ਨੇ ਜਿਹੜੇ ਨਿਕਰ ਕੇ ਆਉਂਦੇ ਨੇ ਪਰ ਅਜੇ ਤੱਕ ਪੂਰੇ ਨਹੀਂ ਕੀਤੇ ਮੌਜੂਦਾ ਸਰਕਾਰ ਨੇ ਔਰ ਅਗਲੇ ਵਾਅਦੇ ਕਰ ਰਹੇ ਵੀ ਅਸੀਂ ਇਸ ਤਰੀਕੇ ਨਾਲ ਮੈਨੀਫੈਸਟੋ ਜਾਂ ਕੈਲੀ ਵੀ ਹਰੇਕ ਮੁੱਦਾ ਜਿਹੜਾ ਹੈਗਾ ਉਹਨੂੰ ਕਵਰ ਕਰਾਂਗੇ ਔਰ ਫਿਰ ਤੁਸੀਂ ਜਿਹੜਾ ਵੋਟ ਪਾਓ ਆਮ ਆਦਮੀ ਪਾਰਟੀ ਨੂੰ ਤਾਂ ਕੀ ਲੱਗਦਾ ਹੈ ਸਰਕਾਰਾਂ ਦੇ ਵਿੱਚ ਮੌਜੂਦਾ ਜੋ ਉਹ ਮੁੱਦੇ ਪੂਰੇ ਕਰਨ ਦੀ ਸ਼ਕਤੀ ਹੈ ਉਹ ਕਰ ਸਕਦੇ ਆ ਦੇਖੋ ਸਰਕਾਰ ਦਾ ਜ਼ੋਰ ਕੰਮਾਂ ਦੇ ਘੱਟ ਤੇ ਪਬਲਿਸਿਟੀ ਤੇ ਜ਼ਿਆਦਾ ਹੈ ਤੇ ਉਹਦਾ ਕਿਤੇ ਨਾ ਕਿਤੇ ਨੁਕਸਾਨ ਹੈ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਨੂੰ ਭੁਗਤਣਾ ਪੈ ਰਿਹਾ ਚਾਹੇ ਉਹ ਲੀਡੀਜ਼ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣਾ ਸੀ ਚਾਹੇ ਉਹ ਲਾਅ ਐਂਡ ਆਰਡਰ ਸੀ ਚਾਹੀ ਗਵਰਨਮੈਂਟ ਜਿਹੜੀ ਫਾਈਨੈਂਸ਼ੀਅਲ ਕ੍ਰਾਂਚ ਵੱਲ ਜਾ ਰਹੀ ਹੈ ਤੇ ਇਹ ਪੈਸੇ ਐਨੀਦਰ ਡਿਵੈਲਪਮੈਂਟ ਕਿੱਥੋਂ ਹੋਊਗੀ ਸੋ ਇਸ ਕਰਕੇ ਆ ਵੀ ਜੁਮਲੇਬਾਜ਼ੀ ਹੈ ਕੋਈ ਥੋਸ ਪਾਲਿਸੀ ਨਹੀਂ ਤੇ ਲੋਕਾਂ ਨੂੰ ਦਿਖਦਾ ਸੋ ਇਸ ਕਰਕੇ ਲੋਕਾਂ ਨੇ ਨਕਾਰ ਦੇਣਾ ਉਹਦੀ ਐਗਜ਼ਾਮਪਲ ਹੈ ਵੀ ਕਿਤੇ ਇੱਕ ਥਾਂ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਰੋਡ ਸ਼ੋਰ ਸੀਗਾ ਤੇ ਪਿੱਛੋਂ ਧੂਆਂ ਇੰਨਾ ਹੋਇਆ ਵੀ ਉਹ ਸਾਰੇ ਫਗੜੜ ਮਚ ਗਈ ਕੀ ਸੀਗੀ ਸਟਬਲ ਬਰਨਿੰਗ ਬਾਰੇ ਸਰਕਾਰ ਨੇ ਕੋਈ ਠੋਸ ਕਦਮ ਚੁੱਕੇ ਨਹੀਂ ਤੇ ਇੱਕ ਛੋਟੀ ਜੀ ਐਗਜ਼ਾਮਪਲ ਦੇ ਰਹੇ ਹਾਂ ਤੇ ਇੱਕ ਬਹੁਤ ਮੀਨ ਜਿਹੜੀ ਹੈ ਠੀਕ ਕਰਨ ਵਾਲੀ ਜੀ ਸਰਕਾਰਾਸਤੇ ਬਹੁਤੀ ਔਖੀ ਚੀਜ਼ ਹੈ ਨਹੀਂ ਸੀ ਇਹੋ ਜੀਆਂ ਚੀਜ਼ਾਂ ਨਹੀਂ ਆਪਾਂ ਠੀਕ ਕਰ ਸਕਦੇ ਤੇ ਵੱਡੀਆਂ ਗੱਲਾਂ ਆਪਾਂ ਕਰਦੇ ਆਂ ਜੀ ਨੌਜਵਾਨੋ ਨੌਜਵਾਨਾਂ ਨੂੰ ਕਿਸ ਤਰੀਕੇ ਨਾਲ ਪ੍ਰੇਰਿਤ ਕਰੋ ਕਿਉਂਕਿ ਬੇਰੁਜ਼ਗਾਰੀ ਹੈ ਨਸ਼ਾ ਹੈ ਗੈਂਗਸਟਰਵਾਦ ਹੈ अपराध ਵਧਦਾ ਜਾ ਰਿਹਾ ਦਿਨ-ਬਦਨ ਪੰਜਾਬ ਦੇ ਵਿੱਚ ਤਾਂ ਕਿਵੇਂ ਉਹਨਾਂ ਨੂੰ ਲਾਈਨ ਤੇ ਲੈ ਕੇ ਆਓਗੇ ਕਿਵੇਂ ਪ੍ਰੇਰਿਤ ਕਰੋਗੇ ਵੀ ਇਹ ਸਾਰਾ ਕੁਝ ਛੱਡ ਦੇਣ ਮੈਂ ਨਾ ਨੌਜਵਾਨ ਨੌਜਵਾਨ ਵੀਰਾਂ ਨੂੰ ਨਾ ਮੇਰੀ ਹਮੇਸ਼ਾ ਇਹ ਅਪੀਲ ਰਹਿੰਦੀ ਵੀ ਪਹਿਲਾਂ ਤਾਂ ਆਪਦੇ ਘਰ ਵਾਲੇ ਵੇਖੋ ਵਨ ਸ਼ੁੱਡ ਬਾ ਵਾਈਟ ਦਾ ਅਮਾਉਂਟ ਹੀ ਕੰਚੂ ਤਾਂ ਇਹ ਵੀ ਇੱਕ ਵਾਰੀ ਆਪਦੇ ਅੱਗੇ ਆਪਦਾ ਆਪਦੇ ਮਾਪਿਓ ਨਾਲ ਦੇਖੋ ਖਰਚਾ ਵੱਧ ਨਾ ਕਰੋ ਖੁਆਇਸ਼ਾਂ ਵੱਧ ਨਾ ਰੱਖੋ ਸਿੰਪਲ ਲਾਈਫ ਜਿਉਂ ਜਿਹਦਾ ਬੋਝ ਨਾ ਹੋਵੇ ਜਦੋਂ ਪিয়ার ਪ੍ਰੈਸ਼ਰ ਵੱਧ ਜਾਂਦਾ ਫਿਰ ਬੰਦਾ ਭਟਕਦਾ ਤੇ ਭਟਕੇ ਗਲਤ ਰਸਤੇ 'ਤੇ ਲ ਜਾਂਦਾ ਜੇ ਰੋਜ਼ਗਾਰ ਆਬਾਦੀ ਕਰਕੇ ਇਹਨੇ ਰੋਜ਼ਗਾਰ ਦੇ ਸਾਧਨ ਨਹੀਂ ਮਾਰੇ ਤਾਂ ਮਤਲਬ ਸੈਲਫ ਡਿਪੈਂਡੈਂਟ ਹੋਣਾ ਚਾਹੀਦਾ ਟੈਕਨੀਕਲ ਕੋਰਸੇ ਸਿੱਖਣ ਤੇ ਟੈਕਨੀਕਲ ਕੰਮ ਨੂੰ ਅਪਣਾਉਣ ਤੇ ਆਪ ਦੇ ਪੈਰਾਂ ਤੇ ਆਪ ਖੜੇ ਹੋਣ ਬਾਕੀ ਸਰਕਾਰਾਂ ਨੂੰ ਜਿਵੇਂ ਆਮ ਆਦਮੀ ਪਾਰਟੀ ਫੀਲਡ ਟੂ ਪ੍ਰੋਵਾਈਡ ਐਮਪਲॉयਮੈਂਟ ਟੂ ਦਾ ਯੂਥ ਸਰਕਾਰ ਵੱਤ ਵਤ ਰੋਜ਼ਗਾਰ ਦੇ ਸਾਧਨ ਲਿਆਉਗੀ ਤਾਂ ਤਾਈਂ ਹੀ ਕਿ ਨੌਜਵਾਨ ਜਿਹੜਾ ਨਸ਼ੇ ਚੋਂ ਬਾਹਰ ਨਿਕਲੂਗਾ ਤੇ ਉਹ ਰੋਜ਼ਗਾਰ ਦੇ ਸਾਧਨ ਕਿਵੇਂ ਲਿਆਉਣਾ ਤਾਂ ਕੋਈ ਇੰਡਸਟਰੀਅਲ ਪਾਲਿਸੀ ਹੈ ਨਾ ਕੋਈ ਫਾਈਨੈਂਸ਼ੀਅਲ ਪਾਲਿਸੀ ਹੈ ਜਦੋਂ ਇੰਡਸਟਰੀ ਨਹੀਂ ਆਉਗੀ ਜਦੋਂ ਕੰਮ ਹੀ ਨਹੀਂ ਹੋਗਾ ਤਾਂ ਉਹਨਾਂ ਨੂੰ ਆਪਾਂ ਸਰਕਾਰੀ ਨੌਕਰੀਆਂ ਦਾ ਸਾਰੀਆਂ ਦੇ ਨਹੀਂ ਨਾ ਸਕਦੇ ਸੋ ਗਰਮੈਂਟ ਦੀ ਕੋਈ ਪਾਲਿਸੀ ਹੈ ਨਹੀਂ ਤੇ ਯੂਥ ਵਿਚਾਰਾ ਅੱਜ ਕੁਰਾਏ ਪਿਆ ਹੋਇਆ ਹੈ ਅੱਜ ਲੋਡ ਹੈ ਸਥਿਰ ਗਵਰਨਮੈਂਟ ਦੀ ਤੇ ਮੋਦੀ ਸਾਹਿਬ ਕੋਈ ਵੀ ਜਿਹੜਾ ਕਾਰੋਬਾਰੀ ਹੈ ਨਾ ਜਿਵੇਂ ਕੱਲ ਮੇਰੇ ਕੋਲ ਕੋਈ ਕਾਰੋਬਾਰੀ ਬੈਠੇ ਸੀ ਉਹ ਕਹਿੰਦੇ ਇਹ ਐਦਕੀ ਮੋਦੀ ਸਾਹਿਬ ਆਗੇ ਤਾਂ ਲੋਕਾਂ ਨੇ ਕੈਨੇਡਾ ਤੋਂ ਵਾਪਸ ਆਉਣਾ ਅਮਰੀਕਾ ਤੋਂ ਸ਼ੁਰੂ ਕਰ ਦੇਣਾ ਕਿਉਂਕਿ ਉੱਥੇ ਮਹਿੰਗਾਈ ਇੰਨੀ ਹੈ ਤੇ ਮੋਦੀ ਸਾਹਿਬ ਨੇ ਇਕਨੋਮੀ ਨੂੰ ਸਟੇਬਲ ਗਵਰਨਮੈਂਟ ਦੇਣਗੇ ਤੇ ਇਸ ਕਰੰਚ ਡੈਫਿਸਿਟ ਚੋਂ ਕੱਢਣਗੇ ਮੇਰਾ ਆਖਰੀ ਸਵਾਲ ਹੈ ਵੀ ਮੌਜੂਦਾ ਸਰਕਾਰ ਹਰ ਇੱਕ ਵਾਰ ਇਹੀ ਨਾਰਾ ਹੁੰਦਾ ਸੀ ਫਿਰ ਚਾਹੇ ਉਹ ਇਲੈਕਸ਼ਨ ਤੋਂ ਪਹਿਲਾਂ ਹੋਵੇ ਇਲੈਕਸ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਦਿੱਲੀ ਦੀ ਤਰਜ਼ ਦੇ ਉੱਪਰ ਸਿੱਖਿਆ ਅਤੇ ਸਿਹਤ ਸੁਵਿਧਾਵਾਂ ਜਿਹੜੀਆਂ ਨੇ ਸਹੂਲਤਾਂ ਨੇ ਉਹ ਲੈ ਕੇ ਆਉਣਗੇ ਤੁਹਾਡੇ ਇਲਾਕੇ ਦੀ ਗੱਲ ਕਰ ਲਈਏ ਪੰਜਾਬ ਨੂੰ ਛੱਡ ਕੇ ਕਿੰਨੇ ਕੁ ਡਿਵੈਲਪਮੈਂਟ ਹੋਈ ਆ ਉੱਥੇ ਸਿਹਤ ਅਤੇ ਸਿੱਖਿਆ ਦੇ ਖੇਤਰ ਚ ਮੈਂ ਤੁਹਾਨੂੰ ਉਹੀ ਕਹਣਾ ਵੀ ਸਰਕਾਰ ਕਰੰਚ ਚ ਇੰਨੀ ਐ ਕਿ ਇਹ ਤਾਂ ਮੋਦੀ ਸਾਹਿਬ ਆ ਆ ਬਹੁਤ ਵੱਡੇ ਮਾਰਜਨ ਨਾਲ ਸਰਕਾਰ ਬਣ ਜਾ ਰਹੀ ਹੈ ਉਸ ਤੋਂ ਬਾਅਦ ਬੀਜੇਪੀ ਪ੍ਰਤੀ ਪੰਜਾਬ ਦੇ ਲੋਕਾਂ ਦਾ ਉਤਸ਼ਾਹ ਇੰਨਾ ਵੱਧ ਗਿਆ ਨੇ ਕਿ ਮੁੜ ਕੇ ਜਿਹੜੀ ਸਟੇਟ 'ਚ ਬੀਜੇਪੀ ਦੀ ਗਵਰਨਮੈਂਟ ਆਊਗੀ ਉਹੀ ਇਹ ਹੱਲ ਕਰ ਸਕਦੀ ਹੈ ਸੈਂਟਰ ਤੇ ਸਟੇਟ ਦੇ ਕੰਬੀਨੇਸ਼ਨ ਨਾਲ ਨਹੀਂ ਤਾਂ ਅੱਜ ਇੱਕ ਝੁਮਲੇਬਾਜ਼ੀ ਸੀ ਕਿਹੜਾ ਸਕੂਲ ਹੈ ਆਪੋ ਡਿਸਪੈਂਸਰੀਆਂ ਦੇ ਨਾਂ ਹੀ ਬਦਲੇ ਸੋ ਕੋਈ ਮਿਆਰ ਵਧਿਆ ਨਹੀਂਗਾ ਕੋਈ ਰਿਫਾਰਮਸ ਨਹੀਂ ਆਏਗੇ ਰਿਫਾਰਮਸ ਤਾਂ ਦਿਖਦੇ ਹੁੰਦੇ ਆ ਬਾਕੀ ਆਮ ਪਾਰਟੀਆਂ ਨਾਲੋਂ ਇਹਨਾਂ ਨੇ ਤਾਂ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸੀਗੇ ਜੋ ਪੂਰੇ ਨਹੀਂ ਹੋਏਗੇ ਤੇ ਜੇ ਪੂਰੇ ਹੁੰਦੇ ਤਾਂ ਤੁਹਾਨੂੰ ਆਪ ਵੀ ਦਿਖਣੀ ਸੀਗੀ ਜੀ ਮਾਤਾ ਭਾਤਾ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਡੈਨਿਕ ਸਵੇਰਾ ਦੇ ਨਾਲ ਖਾਸ ਗੱਲਬਾਤ ਕੀਤੀ ਹੈ ਕਰਨ ਵੜਿੰਗ ਨੇ ਯੂਥ ਨੇਤਾ ਵੀ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਲੁਧਿਆਣੇ ਦੇ ਇਲਾਕੇ ਦੇ ਜਿਹੜੇ ਯੂਥ ਨੇ ਉਹਨਾਂ ਨੂੰ ਬੀਜੇਪੀ ਦੇ ਵਿੱਚ ਲੈ ਕੇ ਵੀ ਆਉਣਗੇ ਔਰ ਨੀਤੀਆਂ ਜਿਹੜੀਆਂ ਨੇ ਖਾਸ ਕਰਕੇ ਬੀਜੇਪੀ ਦੀਆਂ ਉਹਨਾਂ ਤੋਂ ਪ੍ਰੇਰਿਤ ਹੋ ਕੇ ਹੀ ਕਾਂਗਰਸ ਛੱਡ ਕੇ ਅੱਜ ਬੀਜੇਪੀ ਵਿੱਚ ਸ਼ਾਮਲ ਹੋਏ ਨੇ ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਡੈਨਿਕ ਸਵੇਰਾ ਟੀਵੀ चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप